ਮੇਹਰ ਕੌਰ ਨੂੰ ਧਮਕੀਆਂ ਦੇਣ ਵਾਲੇ ਮੰਤਰੀ ਮੁਰਦਾਬਾਦ, ਪੰਜਾਬ ਦੀ ਧੀ ਜਿੰਦਾਬਾਦ, ਮੁਰਦਾਬਾਦ, ਯੂਨੀਵਰਸਿਟੀਆਂ ਚ ਦਮ ਘੁੱਟਣ ਵਾਲਾ ਮਾਹੌਲ ਪੈਦਾ ਕਰਨ ਵਾਲੇ ਹਾਕਮ, ਗੁਰਮੇਹਰ ਮਾਮਲੇ ਤੇ ਚੁੱਪ ਰਹਿਣ ਵਾਲਾ ਮੋਦੀ ਮੁਰਦਾਬਾਦ, ਗੁਰਮੇਹਰ ਮਾਮਲੇ ਤੇ ਚੁੱਪ ਰਹਿਣ ਵਾਲਾ ਮੋਦੀ ਮੁਰਦਾਬਾਦ। ਉਸ ਮਾਰਚ ਅਸੀਂ ਕਰਨੌਰ ਵਿੱਚ ਕਰਨ ਜਾ ਰਹੇ ਹਾਂ। ਇਹਦਾ ਮੁੱਖ ਮਕਸਦ ਸਾਡੇ ਪੰਜਾਬ ਦੀ ਧੀ ਗੁਰਮੇਹਰ ਕੌਰ ਨੂੰ ਧਮਕੀਆਂ ਦੇਣ ਵਾਲਿਆਂ ਦੇ ਵਿਰੁੱਧ, ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੇ ਵਿਰੁੱਧ ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਉਹਨੇ ਇਹ ਗੱਲ ਕੀਤੀ ਆ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਸ਼ਹੀਦ ਨਹੀਂ ਕੀਤਾ, ਜੰਗ ਨੇ ਸ਼ਹੀਦ ਕੀਤਾ ਵਾ, ਅਸੀਂ ਇਹਦਾ ਜ਼ੋਰਦਾਰ ਸਮਰਥਨ ਕਰਦੇ ਹਾਂ। ਔਰ ਇਹਨਾਂ ਧਮਕੀਆਂ ਦੇਣ ਵਾਲਿਆਂ ਦਾ ਨੂੰ ਅਸੀਂ ਇਸ ਰੋਸ ਮਾਰਚ ਰਾਹੀਂ ਇਹ ਜਵਾਬ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਉਹ ਪੰਜਾਬ ਦੀ ਧੀ ਦਾ ਸਮਰਥਨ ਕਰਦੇ ਆ ਜੋ ਉਹਨੇ ਇਹ ਗੱਲ ਕਹੀ ਆ, ਅਤੇ ਜਿਹੜੇ ਦੇਸ਼ ਦੀ ਸਾਡੀ ਜਵਾਨਬੰਦੀ ਕਰਨ ਵਾਲੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ। ਅੱਜ ਅਸੀਂ ਪੰਜਾਬ ਦੀ ਧੀ ਕੈਪਟਨ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਦੇ ਹੱਕ ਵਿੱਚ ਅੱਜ ਰੋਸ ਮਾਰਚ ਕਰਨ ਚੱਲੇ ਹਾਂ, ਜਿਨ੍ਹਾਂ ਲੋਕਾਂ ਨੇ ਉਹਨੂੰ ਧਮਕੀਆਂ, ਬੇਹੂਦੀਆਂ ਧਮਕੀਆਂ ਦਿੱਤੀਆਂ ਨੇ, ਜਾਨੋਂ ਮਾਰਨ ਦੀਆਂ ਧਮਕੀਆਂ, ਬਲਾਤਕਾਰ ਕਰਨ ਦੀਆਂ ਧਮਕੀਆਂ, ਜਦੋਂ ਕਿ ਉਹਨੇ ਬੜੀ ਅਣਖਵਾਈ ਗਲਤ ਸੱਚੀ ਗੱਲ ਕੀਤੀ ਆ। ਉਹਨੇ ABPP ਵਾਂ ਦੀ ਗੁੰਡਾਗਰਦੀ ਦੇ ਖਿਲਾਫ ਗੱਲ ਕੀਤੀ ਆ, ਉਹਨੂੰ ਇਸ ਗੱਲ 'ਚ ਧਮਕੀਆਂ ਦੇ ਕੇ ਡਰਾਇਆ ਧਮਕਾਇਆ ਜਾ ਰਿਹਾ, ਉਹਦੀ ਪੜ੍ਹਾਈ ਖਰਾਬ ਕੀਤੀ ਜਾ ਰਹੀ ਆ, ਇਹ ਦੇਸ਼ ਧਰੋਹੀ ਉਹਨੂੰ ਕਹਿ ਰਹੇ ਨੇ, ਜਿਹੜੀ ਕਿ ਦੇਸ਼ ਭਗਤ ਇੱਕ ਪੰਜਾਬ ਦੀ ਧੀ। ਅਸੀਂ ਉਹਦੇ ਹੱਕ 'ਚ ਸਾਰੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਖੱਬੀਆਂ ਜਥੇਬੰਦੀਆਂ, ਸਾਰੇ ਅਸੀਂ ਉਹਦੇ ਹੱਕ 'ਚ ਅੱਜ ਮਾਰਚ ਕਰਨ ਚੱਲੇ ਹਾਂ ਕਲਾਨੌਰ, ਵੀ ਅਸੀਂ ਉਹਦੇ ਨਾਲ ਇੱਕ ਮੁੱਠਤਾ ਦਾ ਪ੍ਰਗਟਾਵਾ ਕਰਨੇ ਆ।